ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਮਹਿੰਦਰ ਮੁਸਕਾਨ, ਮੈਂ ਠੀਕ ਠਾਕ ਹਾਂ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਭ ਠੀਕ ਹੋਵੋਗੇ। ਅੱਜ ਬੱਦਲ ਹੋਏ ਆ ਜੀ, ਮੀਂਹ ਪੈਣਾ ਦੱਸਦੇ ਆ। ਆਹ ਪਿੱਛੇ ਸਾਡੇ ਘਰਾਂ ਦੇ ਕੋਲ ਆ ਇਹ ਪਾਰਕ, ਹਰ ਵੇਲੇ ਇੱਥੇ ਗੇਮਾਂ ਚੱਲਦੀਆਂ ਰਹਿੰਦੀਆਂ, ਗੇਮ ਚੱਲਦੀ ਕੋਈ ਫੁੱਟਬਾਲ ਦੀ। ਤਾਂ ਮੌਸਮ ਬਹੁਤ ਵਧੀਆ ਅੱਜ, ਮੈਂ ਦਿਆ ਸ਼ਾਮ ਤੱਕ ਮੀਂਹ ਪਊਗਾ। ਲਓ ਜੀ, ਰੋਜ਼ ਦੀ ਤਰ੍ਹਾਂ ਹੁਣ ਤੁਰਨ ਆਇਓ। ਰੋਜ਼ ਤੁਰਨਾ ਜ਼ਰੂਰ ਹੁੰਦਾ, ਇੱਕ ਘੰਟਾ 24 ਘੰਟਿਆਂ 'ਚ 1 ਘੰਟਾ ਜ਼ਰੂਰ ਵਾਕ ਕਰਨੀ ਹੁੰਦੀ, ਅਤੇ ਨਾਲ ਨੱਠਣਾ ਵੀ ਹੁੰਦਾ। ਲਓ ਫਿਰ ਆ ਜਾਓ, ਥੋੜ੍ਹੀ ਜਿਹਾ ਨੱਠੀਏ। ਕਈ ਵਾਰ ਟਾਈਮ ਨਹੀਂ ਲੱਗਦਾ, ਲਾਈਫ ਇੱਦਾਂ ਦੀ ਬਿਜੀ ਹੁੰਦਾ, ਕੁਛ ਧਰੂ ਜੇ ਕਰੀ ਦੀ ਆ ਨੱਠਣ ਵਾਸਤੇ। ਪਾਰਕ ਬਹੁਤ ਵੱਡੀ ਆ ਸਾਡੇ ਘਰਾਂ ਦੇ ਲਾਗੇ, ਤੁਰਨੇ ਨੂੰ ਖੁੱਲੀ ਜਗ੍ਹਾ ਹੈ। ਆ ਪਿੱਛੇ ਹੋਰ ਮਕਾਨ ਨਵੇਂ ਬਣ ਰਹੇ ਆ, ਕੰਸਟਰਕਸ਼ਨ ਦਾ ਕੰਮ ਚੱਲਦਾ ਉਹਦੇ ਮੇਰੇ ਪਿੱਛੇ। ਛਿਨੱਛਰ ਵਾਰ ਆ ਜੀ, ਲੋਕਾਂ ਨੂੰ ਛੁੱਟੀਆਂ ਕਈਆਂ ਨੂੰ, ਉੱਦਾਂ ਤਾਂ ਇੱਥੇ 24 ਘੰਟੇ ਕੰਮ ਚੱਲਦੇ ਅਮਰੀਕਾ ਆ, ਪਰ ਬਹੁਤਿਆਂ ਨੂੰ ਛੁੱਟੀ ਹੁੰਦੀ ਸੈਟਰਡੇ ਸੰਡੇ ਦੀ। ਸਾਡਾ ਤਾਂ ਆਪਣਾ ਕੰਮ ਹੈ, ਸ਼ਾਮ ਨੂੰ ਜਾਈਦਾ 3 ਵਜੇ, ਆਪਣਾ ਬਿਜ਼ਨਸ ਹੈ। ਉਹ ਦੇਖੋ ਜੀ, ਮਕਾਨ ਲੱਕੜ ਦੇ ਮਕਾਨ ਬਣਦੇ ਇੱਥੇ ਸਾਰੇ, ਉਹ ਲੱਕੜ ਕਰ ਦਿੱਤੇ ਉੱਪਰ ਨੂੰ ਖੜੀ ਆ, ਪਿੱਲਰ ਨਵੇਂ ਬਣਦੇ ਆ ਬਲੋਕ ਸਾਡੇ ਲਾਗੇ। ਆਹ ਲਾਈਨ ਪਾਰਕ ਆ ਸਾਡੇ ਲਾਗੇ, ਬਹੁਤ ਵੱਡੀ ਪਾਰਕ ਆ।